ਵਿਧਾਨ ਸਭਾ ਦੀ ਜਿਹੜਾ ਕੁਝ ਚੱਲ ਰਿਹਾ ਕਿਵੇਂ ਦੇਖ ਰਹੇ ਹੋ ਇੱਕੋ ਹੀ ਮੁੱਦਾ ਚੱਲ ਰਿਹਾ ਗ੍ਰਿਫਤਾਰੀ ਜਾਂ ਕੋਈ ਕਾਕਾ ਮੈਂ ਕਹਿੰਦਾ ਵੀ ਦੇਖੋ ਪੰਜਾਬ ਵਿਧਾਨ ਸਭਾ ਲਾਉਂਦੇ ਕਾ ਤੋਂ ਨੇ ਜੇ ਤੇ ਮੇਰੀ ਗ੍ਰਿਫਤਾਰੀ ਕਰਕੇ ਲਾ ਰਹੇ ਨੇ ਤੇ ਫਿਰ ਉਹਦਾ ਨਾਂ ਬਦਲ ਦੇਣ ਤੇ ਜੇ ਲੋਕਾਂ ਦੇ ਮੁੱਦੇ ਜਿਨ੍ਹਾਂ ਨੇ ਲੋਕਾਂ ਨੇ ਵੋਟ ਪਾਈ ਆ ਸ਼ਰਮ ਕਰਨ ਥੋੜੀ ਬਹੁਤ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਉਹਨਾਂ ਦੇ ਮੁੱਦੇ ਛੱਡ ਕੇ ਤੁਸੀਂ ਜਿਹੜੇ ਨਸ਼ੇ ਬੰਦ ਕਰਾਉਣ ਦਾ ਮੁੱਦਾ ਚੱਕਿਆ ਪੰਜਾਬ ਦਾ ਇੱਥੇ ਇਸ ਇਲਾਕੇ ਦੇ ਵਿੱਚ ਚਿੱਟਾ ਸ਼ਰਿਆਮ ਵੇਖ ਰਿਹਾ ਤੇ ਜਿਹੜੇ ਬੰਦੇ ਦੇ ਇਲਾਕੇ ਚਿੱਟਾ ਵੇਖ ਰਿਹਾ ਉਹਨਾਂ ਸਭਾ ਜਾ ਕੇ ਮੇਰੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਉਹਨੂੰ ਆਪ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਹੈ ਕਿ ਮੈਂ ਚਿੱਟਾ ਨਹੀਂ ਕੰਟਰੋਲ ਕਰ ਸਕਿਆ ਤੇ ਧੀਆਂ ਪੁੱਤ ਮਾਰਿਆ ਨੇ ਲੋਕਾਂ ਨੇ ਤੇ ਜੇ ਉਹਨੂੰ ਆਉਣਾ ਚਾਹੀਦਾ ਅੱਜ ਮੈਂ ਕਹਿੰਦਾ ਇੱਥੇ ਆ ਕੇ ਵੇਖੇ ਵੀ ਸੰਗਤਾਂ ਨੂੰ ਮੁੱਲ ਲਿਆਂਦਾ ਸੀ ਤੁਹਾਡੀ ਰੈਲੀਆਂ ਸੋ ਇਸ ਕਰਕੇ ਵਿਧਾਨ ਸਭਾ ਵਿਧਾਨ ਸਭਾ ਦਾ ਕੰਮ ਕਰੇ ਆਪੋਜੀਸ਼ਨ ਆਪੋਜੀਸ਼ਨ ਵਾਲਾ ਕੰਮ ਕਰੇ ਜੋ ਪੰਜਾਬ ਦੇ ਮਸਲੇ ਨੇ ਪਾਣੀਆਂ ਦਾ ਮਸਲਾ ਕੋਈ ਗੱਲ ਨਹੀਂ ਕਰ ਰਿਹਾ ਇੱਥੇ ਇੱਕ ਅੱਧਾ ਬੰਦਾ ਕੋਈ ਗੱਲ ਕਰਦਾ ਉਹਦੀ ਕੋਈ ਸੁਣਦਾ ਨਹੀਂ ਚੀਕ ਝੜਾ ਪਾ ਕੇ ਬਹਿ ਜਾਂਦੇ ਨੇ ਸੋ ਮੈਨੂੰ ਐ ਲੱਗਦਾ ਵੀ ਜਿਹੜੀ ਕੁੱਕੜ ਖੇ ਉਡਾ ਰਹੇ ਨੇ ਉੱਥੇ ਮੈਨੂੰ ਨਹੀਂ ਚਾਹੀਦਾ ਬੰਦਿਆਂ ਵਾਂਗੂ ਤੀਰਾ ਕਰਦੇ ਕੀ ਕਰਦੇ ਨੇ ਹਥਿਆਰ ਕੈਂਸਲ ਕਰਨ ਦੇ ਮਾਮਲੇ 'ਚ ਕੀ ਹੋਈ ਹਥਿਆਰ ਕੈਂਸਲ ਕਰਨ ਦੇ ਮਾਮਲਾ ਦੇਖੋ ਸਰਕਾਰਾਂ ਇੱਕ ਪਾਸੇ ਕਹਿ ਰਹੀਆਂ ਸਾਨੂੰ ਖਤਰਾ ਹੈ ਦੂਜੇ ਪਾਸੇ ਸਾਡੇ ਹਥਿਆਰ ਕੈਂਸਲ ਕਰਕੇ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਸੋ ਇਸ ਕਰਕੇ ਇਹ ਤੇ ਭੁੱਲ ਜਾਣੇ ਗੱਲ ਚੰਗੀ ਨਹੀਂ ਸਿੱਖਾਂ ਨੂੰ ਨਿਹੱਥੇ ਕਰਨਾ ਜਿਹੜਾ ਹੈ ਇਹ ਹਰ ਹਕੂਮਤ ਨੇ ਜ਼ੋਰ ਲਾਇਆ ਹੈ ਮੁਗਲਾਂ ਨੇ ਅੰਗਰੇਜ਼ਾਂ ਨੇ ਹੁਣ ਇਹ ਲਾ ਰਹੀ ਹੈ ਹਕੂਮਤ ਜ਼ੋਰ ਸਿੱਖਾਂ ਨੂੰ ਨਿਹੱਥੇ ਨਹੀਂ ਕੀਤਾ ਜਾ ਸਕਦਾ ਹਾਜੇ ਇਹਨਾਂ ਨੂੰ ਇਹ ਚਾਹੀਦਾ ਹੈ ਵੀ ਸਾਰੇ ਲਾਇਸੈਂਸੀ ਹਥਿਆਰ ਨੇ ਵੀ ਤੁਹਾਡੇ ਕੋਲ ਆਟੋਮੈਟਿਕ ਗੰਨਾਂ ਨੇ ਸਾਡੇ ਕੋਲ 3-3 ਕੀ ਹੋ ਜੂਗਾ ਪਰ ਇਹ ਜਾਣ ਬੁੱਝ ਕੇ ਚਾਹੁੰਦੇ ਨੇ ਜਿਹੜੇ ਡਰੱਗ ਦੇ ਵੱਡੇ ਵੱਡੇ ਕਾਰੋਬਾਰੀ ਨੇ ਜਿਨ੍ਹਾਂ ਦੇ ਧੰਦੇ ਬੰਦ ਹੋ ਰਹੇ ਆ ਉਹ ਸਾਡੀ ਜਾਨ ਦੁਸ਼ਮਣ ਬਣੇ ਤੇ ਇਹਨਾਂ ਨੂੰ ਇਹ ਵੀ ਇਹਨਾਂ ਕੋਲ ਵੀ ਹਥਿਆਰ ਖੋਈਏ ਪਰ ਇਹ ਸੰਭਵ ਨਹੀਂ ਹੋਣਾ ਕੋਈ ਸਰਕਾਰਾਂ ਨੂੰ ਸੋਚ ਸਮਝ ਕੇ ਬਿਆਨ ਕਰ ਦੇਣੇ ਚਾਹੀਦੇ ਮੈਨੂੰ ਇਹ ਲੱਗਦਾ ਮੂਸੇਵਾਲੇ ਦਾ ਕਤਲ ਇਹਨਾਂ ਇਸ ਕਰਕੇ ਕਰਾਤਾ ਸੀ ਸਿਕਿਉਰਿਟੀ ਵਾਪਸ ਲਈ ਉਹ ਐਡੀ ਜਿਹੜੀ ਕੰਫੀਡੈਂਸ਼ੀਅਲ ਇਨਫੋਰਮੇਸ਼ਨ ਸੀ ਉਹ ਬਾਹਰ ਲੀਕ ਕੀਤੀ ਉਹਨੂੰ ਸੈਲੀਬ੍ਰੇਟ ਕੀਤਾ ਜਦੋਂ ਕਤਲ ਹੋ ਗਿਆ ਤੇ ਮੇਰਾ ਹੱਥ ਧਰ ਕੇ ਬੈਠੇ ਜਿਨ੍ਹਾਂ ਦੇ ਪਾਰਟੀ ਦਾ ਬੰਦਾ ਸੀ ਉਹ ਬੰਦੇ ਅੱਜ ਤੱਕ ਸੜਕਾਂ ਤੇ ਨਹੀਂ ਉਤਰੇ ਵੀ ਉਹਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਉਹਦਾ ਪਿਓ ਵਿਚਾਰ ਧਰਨੇ ਤੇ ਬੈਠਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਵੀ ਇਹ ਕਰ ਕੀ ਰਹੇ ਨੇ ਅਨੰਦਪੁਰ ਸਾਹਿਬ 'ਚ ਜਿਹੜੀ ਮੂਸੇਵਾਲੇ ਦੇ ਪਿਤਾ ਜੀ ਵੱਲੋਂ ਪੰਜਾਬ 'ਚ ਨਾ ਗਵਰਨਰ ਰਾਜ ਦੀ ਮੰਗ ਕੀਤੀ ਗਈ ਜੋ ਘਟਨਾ ਵਾਪਰੀ ਹੈ ਪਹਿਲਾਂ ਤਾਂ ਮੈਂ ਦੱਸਦਾ ਵੀ ਆਪਾਂ ਨੂੰ ਫਰਕ ਪਤਾ ਕਰਨਾ ਵੀ ਗੁਲਾਮਾਂ ਦੇ ਨਾਲ ਜਦੋਂ ਕੁਝ ਹੁੰਦਾ ਹੈ ਜੇ ਨਿਹੰਗ ਸਿੰਘ ਨੇ ਕੋਈ ਬੰਦਾ ਵੱਢਿਆ ਹੁੰਦਾ ਤੁਹਾਡਾ ਕੀ ਮੀਡੀਆ ਦਾ ਰੋਲ ਹੁੰਦਾ ਉੱਥੇ ਬੜੀਆਂ ਬੜੀਆਂ ਸਟੋਰੀਆਂ ਹੋਣੀਆਂ ਸੀ ਉੱਥੇ ਚੀਕ ਝਾੜੇ ਪੈਣੇ ਸੀ ਡਿਬੇਟਾਂ ਚੱਲਣੀਆਂ ਸੀ ਪੰਜਾਬ ਦੀ ਸ਼ਾਂਤੀ ਭੰਗ ਹੋ ਗਈ ਇਹੋ ਜਿਹੇ ਰੌਲੇ ਪੈਣੇ ਸੀ ਹੁਣ ਤੁਸੀਂ ਦੱਸੋ ਕਿਸੇ ਬੰਦੇ ਨੇ ਇੱਕ ਵੀ ਗੱਲ ਕਹੀ ਪੰਜਾਬ ਦੀ ਸ਼ਾਂਤੀ ਭੰਗ ਹੋ ਗਈ ਨਿਹੰਗ ਸਿੰਘ ਬਾਣੇ 'ਚ ਸੀ ਉਹਨੂੰ ਕਿੱਦਾਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਵੀਡੀਓ ਆ ਗਈਆਂ ਪਰ ਕਿਸੇ ਦੀ ਸ਼ਾਂਤੀ ਭੰਗ ਨਹੀਂ ਹੋਈ ਨੌਜਵਾਨ ਸਿੱਖ ਨੌਜਵਾਨ ਕਿਸੇ ਨੂੰ ਮਰਿਆਦਾ ਤੋਂ ਵੀ ਰੋਕ ਦੇਵੇ ਨਾ ਵੀ ਆ ਮਰਿਆਦਾ ਦਾ ਘਾਟ ਨਾ ਕਰੋ ਤੇ ਸ਼ਾਂਤੀ ਭੰਗ ਹੋ ਜਾਂਦੀ ਹੈ ਅਸੀਂ ਸ਼ਾਂਤਮਈ ਉੱਤੇ ਜਾਈਏ ਮੋਰਚਾ ਲਾਉਣ ਤੇ ਉੱਥੇ ਸਾਡੇ ਤੇ ਡਾਂਗ ਸਾਡੇ ਤੇ ਵਰੇ ਸਾਡੇ ਤੇ ਐਲੀਗੇਸ਼ਨ ਵੀ ਗੁਰੂ ਦੀ ਵੋਟ ਆਸਰਾ ਲਿਆ ਅੱਜ ਵੀ ਤੇ ਗੁਰੂ ਦੀ ਹਜ਼ੂਰੀ 'ਚ ਬੈਠੇ ਸੋ ਇਹ ਗੁਰੂ ਦੀ ਹਜ਼ੂਰੀ 'ਚੋਂ ਬਾਹਰ ਕਿੱਦਣ ਗਏ ਸੀ ਅਸੀਂ ਮੈਨੂੰ ਐ ਲੱਗਦਾ ਵੀ ਜੋ ਅਨੰਦਪੁਰ ਸਾਹਿਬ 'ਚ ਵਾਪਰਿਆ ਇਹ ਪ੍ਰਤੱਖ ਹੈ ਵੀ ਸਿੱਖਾਂ ਦੇ ਦੁਸ਼ਮਣ ਜਦੋਂ ਸਿੱਖਾਂ ਦਾ ਕਤਲੇਆਮ ਹੁੰਦਾ ਖੁਸ਼ੀ ਮਨਾਉਂਦੇ ਤੇ ਚੁੱਪ ਕਰਕੇ ਬਹਿ ਜਾਂਦੇ ਆ ਜਦੋਂ ਸਿੱਖ ਸੰਘਰਸ਼ ਕਰਦੇ ਆਪਣੇ ਇਕੱਲੀ ਇਹ ਸਾਰਾ ਲੋਂਗਲਾਣਾ ਬਾਹਰ ਆਣ ਕੇ ਸਿੱਖਾਂ ਦਾ ਵਿਰੋਧ ਕਰਦਾ ਆਪਣੇ ਕਹਿੰਦਾ ਕਿ ਤੁਹਾਡਾ ਲੀਗਲ ਐਡਵਾਈਜ਼ਰ ਪੀਸੀ ਹੋਟਲ 'ਚ ਠਹਿਰ ਕੇ ਆਈਐਸਆਈ ਨਾਲ ਮੀਟਿੰਗ ਕਰਕੇ ਆਉਂਦਾ ਹੈ ਕੌਣ ਲੀਗਲ ਐਡਵਾਈਜ਼ਰ ਉਹ ਕਹਿ ਰਹੇ ਨੇ ਕਿ ਬਿਨਾਂ ਨਾਮ ਲਿਆ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਕੱਲ੍ਹ ਗੱਲ ਲੈਣਾ ਜਿਨ੍ਹਾਂ ਨੇ ਨਾਂ ਲਿਆ ਹੈ ਜੀ ਉਹਨਾਂ ਨੂੰ ਕਹੋ ਵੀ ਤੁਸੀਂ ਲੱਗੇ ਬੈਠੇ ਸੀ ਮੀਟਿੰਗ 'ਚ ਕਹਿ ਦਿੱਤੀ ਜੀ ਅੱਜ ਕੱਲ ਜੇ ਮੀਟਿੰਗਾਂ ਕਿਸੇ ਨੇ ਕਰਨੀਆਂ ਹੋਣ ਤਾਂ ਫੋਨਾਂ ਤੇ ਹੋ ਜਾਂਦੀਆਂ ਮਤਲਬ ਇਹੋ ਜਿਹੀਆਂ ਨੌਨਸੈਂਸ ਗੱਲਾਂ ਕਰਨੀਆਂ ਉਹ ਪਿੱਛੇ ਦੇ ਕਿਤੇ ਅਫਗਾਨਿਸਤਾਨ 'ਚ ਜਦੋਂ ਚੱਲਿਆ ਸੀ ਤਾਲਿਬਾਨ ਦਾ ਰੌਲਾ ਉਦੋਂ ਕਹਿੰਦੇ ਵੀ ਪਤਾ ਨਹੀਂ ਕਿਹੜੇ ਹੋਟਲ ਦੀ ਪੰਜਵੀਂ ਮੰਜ਼ਲ ਉੱਤੇ ਮੰਜ਼ਲਾਂ ਹੀ ਦੋ ਸੀ ਹੈ ਸੋ ਇਹ ਮੈਨੂੰ ਲੱਗਦਾ ਵੀ ਰਾਜੇ ਵੜਿੰਗਣ ਨੂੰ ਕਹੇ ਤੇ ਜਿਨ੍ਹਾਂ ਦੀ ਸਰਕਾਰ ਰਹੀ ਸੀ ਉਹ ਬੀਬੀ ਪਾਕਿਸਤਾਨ ਤੋਂ ਆਣ ਕੇ 5 ਸਾਲ ਇੱਥੇ ਬੈਠੀ ਰਹੀ ਉਦੋਂ ਤੁਹਾਨੂੰ ਨਹੀਂ ਪਤਾ ਲੱਗਾ ਵੀ ਐਸੇ ਕੀ ਕਰ ਰਹੀ ਸੋ ਅਸੀਂ ਤੇ ਸਪਸ਼ਟ ਕਿਹਾ ਵੀ ਪਾਕਿਸਤਾਨ ਤੇ ਜਿਹੜੇ ਹਾਲਾਤ ਨੇ ਉਹ ਹਿੰਦੁਸਤਾਨ ਦੇ ਹਾਲਾਤ ਨੇ ਫਰਕ ਕੀ ਦੋਵਾਂ ਮੁਲਕਾਂ ਦੇ ਵਿੱਚ ਸੋ ਨਾ ਸਾਨੂੰ ਕਹਿਤੀ ਮੈਂ ਆਦੀ ਲੋੜਾਂ ਨਾਲ ਲੈਣੀ ਹੈ ਸਾਨੂੰ ਗੁਰੂ ਦੀ ਹਮਾਇਤ ਹੈਗੀ ਉਹ ਹੀ ਬਹੁਤ ਸਾਡੇ ਕੋਲ ਮਜੀਠੀਆ ਦਾ ਅੱਜ ਦਾ ਬਿਆਨ ਆ ਕਹਿੰਦੇ ਨਿਆਣਿਆਂ ਦੀ ਲੜਾਈ 'ਚ ਗੁਰੂ ਗ੍ਰੰਥ ਸਾਹਿਬ ਲੈ ਗਏ ਕਹਿੰਦੇ ਉਹਨੂੰ ਕਹੋ ਵੀ ਭਾਈ ਚਿੱਟੇ ਦੀ ਲੜਾਈ 'ਚ ਤੇਰੇ ਕੋਲ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਿਆ ਨਿਆਣਿਆਂ ਦੀ ਲੜਾਈ ਨਹੀਂ ਹੁੰਦੀ ਪੰਥ ਦੀ ਲੜਾਈ ਹੁੰਦੀ ਹੈ ਕੋਈ ਨਿਆਣੇ ਸਿਆਣੇ ਨਹੀਂ ਹੁੰਦੇ ਚਿੱਟੇ ਨਾਲ ਲੋਕਾਂ ਦੇ ਪੁੱਤ ਮਾਰ ਦੇਣ ਵਾਲੇ ਬੰਦੇ ਨੂੰ ਬਿਆਨ ਨਹੀਂ ਦੇਣੇ ਚਾਹੀਦੇ ਦੇਖੋ ਜਿਹੜੇ ਬੰਦਿਆਂ ਨੇ ਅਕਾਲੀ ਦਲ ਦਾ ਇਹ ਅਸ਼ਰ ਕੀਤਾ ਵੀ ਅੱਜ ਅਕਾਲੀ ਦਲ ਹਾਸ਼ੀਏ ਤੇ ਆਣ ਕੇ ਪਹੁੰਚਿਆ ਨੌਜਵਾਨਾਂ ਨੂੰ ਵੀ ਅਪੀਲ ਹੈ ਨਾ ਹੱਥੋਂ ਅਕਾਲੀ ਦਲ ਕੱਢ ਕੇ ਅਕਾਲੀ ਦਲ ਯਾਦ ਕਰੋ ਅਕਾਲੀ ਦਲ ਪੰਥ ਦਾ ਸਰਮਾਇਆ ਕਿਸੇ ਇਹਨਾਂ ਦੀ ਕੋਈ ਨਿੱਜੀ ਜਾਇਦਾਦ ਨਹੀਂ ਸੋ ਇਸ ਕਰਕੇ ਜਿਹੜੇ ਬੰਦਿਆਂ ਨੇ ਚਿੱਟੇ ਦਾ ਵਪਾਰ ਕੀਤਾ ਹੋਵੇ ਨੌਜਵਾਨਾਂ ਦੇ ਪੁੱਤ ਮਾਰੇ ਉਹਨਾਂ ਨੂੰ ਤੇ ਚੰਗਾ ਲੱਗ ਨਹੀਂ ਸਕਦਾ ਉਹਨਾਂ ਲਈ ਤੇ ਟੱਚਰਾਂ ਕਰਨੀਆਂ ਬਹੁਤ ਜ਼ਰੂਰੀ ਨੇ ਨਹੀਂ ਤੇ ਸਰਕਾਰ ਬੁਰਕੀ ਕਿੱਦਾਂ ਪਾਊਗੀ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਜਿਹੜੇ ਆਏ ਨੇ ਸਜ਼ਾ ਕੱਟ ਕੇ ਆਉਣ ਵਾਲੇ ਬੰਦੇ ਜਿਹੜੇ ਬਾਹਰ ਆਣ ਕੇ ਗਿਆਨ ਦੇ ਰਹੇ ਨੇ ਤੇ ਮੈਨੂੰ ਐ ਲੱਗਦਾ ਵੀ ਜਿਵੇਂ ਕੋਈ ਵੇਸ਼ਵਾ ਗਿਆਨ ਦਿੰਦੀ ਫਿਰੇ ਨਾ ਵੀ ਇੱਜ਼ਤ ਪੱਤ ਕੀ ਹੁੰਦੀ ਹੈ ਉਹ ਕੰਮ ਇਹਨਾਂ ਦਾ ਸੋ ਇਹਨਾਂ ਨੂੰ ਨਹੀਂ ਚਾਹੀਦਾ ਇਹੋ ਜਿਹੇ ਮਸਲੇ 'ਚ ਪੈਣਾ ਬੇਇੱਜ਼ਤੀ ਕਰਾਉਂਦੇ ਨੇ ਭਾਈ ਸਾਹਿਬ ਤੁਹਾਡੇ ਜਥੇ ਦੇ ਸਿੰਘਾਂ ਦੇ
ਲਾਇਸੈਂਸੀ ਗੈਰ ਲਾਇਸੈਂਸੀ ਚੱਲੀ ਜਾਂਦਾ ਜਿਨ੍ਹਾਂ ਨੇ ਡਿਫੈਂਡ ਕਰਨਾ ਉਹਨਾਂ ਦੇ ਲਾਇਸੈਂਸੀ ਵੀ ਖੋਣਗੇ ਤੇ ਫਿਰ ਅਸੀਂ ਤੇ ਆਪਣੇ ਆਪ ਨੂੰ ਬਚਾਉਣ ਦਾ ਕੋਈ ਜਾਂ ਆਪਣੀ ਮੁਹਿੰਮ ਨੂੰ ਸ਼ੁਰੂ ਕਰਨ ਦਾ ਰਾਹ ਲੱਭਾਂਗੇ ਸਿੱਧੂ ਮੂਸੇ ਵਾਲੇ ਤੋਂ ਜਾਓਗੇ ਪਰਿਵਾਰ ਨੂੰ ਰਾਜ ਦੀ ਮੰਗ ਕੀਤੀ ਉਹ ਦੇਖੋ ਸਰਕਾਰਾਂ ਜਦੋਂ ਫੇਰ ਹੁੰਦੀਆਂ ਮੈਨੂੰ ਨਹੀਂ ਲੱਗਦਾ ਰਾਸ਼ਟਰਪਤੀ ਰਾਜ ਦੀ ਮੰਗ ਕਰਨਾ ਕੋਈ ਜਾਇਜ਼ ਮੰਗ ਹੈ ਪਰ ਉਹਨਾਂ ਨੂੰ ਵਿਚਾਰੇ ਨੂੰ ਇੰਨਾ ਖਜਲ ਕੀਤਾ ਜਾ ਰਿਹਾ ਕਦੀ ਕੋਈ ਪਾਰਟੀ ਉਹਨਾਂ ਦਾ ਮੋਢਾ ਵਰਤਦੀ ਹੈ ਕਦੀ ਕੋਈ ਪਾਰਟੀ ਵਰਤਦੀ ਹੈ ਜਿਨ੍ਹਾਂ ਦੇ ਉਹ ਇਲੈਕਸ਼ਨ ਲੜੀ ਸੀ ਉਹਨਾਂ ਬੰਦਿਆਂ ਨੇ ਵਰਤ ਕੇ ਤੇ ਉਹਨਾਂ ਨੂੰ ਸੁੱਟ ਦਿੱਤਾ ਹੁਣ ਮੈਨੂੰ ਐਂ ਲੱਗਦਾ ਵੀ ਉਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਆ ਰਹੀ ਵੀ ਕਰੀਏ ਕੀ ਬੇਵਸ ਹੋਏ ਮਾਂ ਪਿਓ ਕਦੀ ਕੁਛ ਕਹਿ ਦਿੰਦੇ ਨੇ ਕਦੀ ਕੁਛ ਕਹਿ ਦਿੰਦੇ ਉਹਨਾਂ ਨੂੰ ਵੀ ਚਾਹੀਦਾ ਵੀ ਸਤਿਗੁਰ ਤੇ ਭਰੋਸਾ ਰੱਖਣ ਇਨਸਾਫ਼ ਖਾਲਸੇ ਨੇ ਕਿਸੇ ਨਾ ਕਿਸੇ ਦਿਨ ਮਹਾਰਾਜ ਨੇ ਕਚਹਿਰੀ 'ਚ ਹੋਣਾ ਹੈ।